बिग बॉस सीजन 13 अपडेट्स। ਗੱਲ ਕਰਾਂਗੇ ਰਿਐਲਿਟੀ ਸ਼ੋ ਬਿਗ ਬੌਸ 13 ਦੀ। ਕੱਲ ਸੀ ਘਰ ਵਿੱਚ ਸਭ ਦਾ 26ਵਾਂ ਦਿਨ। ਪਿਛਲੇ ਦਿਨ ਚੱਲ ਰਹੇ ਟਾਸਕ ਨੂੰ ਲੈ ਕੇ ਜੋ ਘਰ ਦੇ ਵਿੱਚ ਦੇਵੋਲੀਨਾ ਸ਼ਹਿਨਾਜ਼ ਦੀ ਲੜਾਈ ਹੋਈ ਸੀ, ਉਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਸ਼ਹਿਨਾਜ਼ ਨੂੰ ਦੇਵੋਲੀਨਾ ਨੇ ਥੱਪੜ ਮਾਰਿਆ। ਲੇਕਿਨ ਉਸ ਗੱਲ ਨੂੰ ਲੈ ਕੇ ਸ਼ਹਿਨਾਜ਼ ਵੀ ਕਲੀਅਰ ਨਹੀਂ ਸੀ ਕਿ ਉਸਨੂੰ ਥੱਪੜ ਪਿਆ ਹੈ ਜਾਂ ਨਹੀਂ, ਜਿਸ ਦੇ ਚੱਲਦਿਆਂ ਸ਼ਹਿਨਾਜ਼ ਨੂੰ ਕਨਫੈਸ਼ਨ ਰੂਮ 'ਚ ਬੁਲਾਇਆ ਗਿਆ ਅਤੇ ਸ਼ਹਿਨਾਜ਼ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕੀ ਲੱਗਦਾ ਅਤੇ ਸ਼ਹਿਨਾਜ਼ ਨੇ ਕਿਹਾ ਕਿ ਮੈਨੂੰ ਥੱਪੜ ਪਿਆ ਔਰ ਮੈਨੂੰ ਹੀ ਪਤਾ ਨਹੀਂ ਚੱਲਿਆ। ਜਿਸ 'ਤੇ ਬਿਗ ਬੌਸ ਨੇ ਕਿਹਾ ਕਿ ਸ਼ਹਿਨਾਜ਼ ਇੱਦਾਂ ਦਾ ਕਿਹੜਾ ਥੱਪੜ ਹੋ ਸਕਦਾ ਜੋ ਤੁਹਾਨੂੰ ਵੱਜਿਆ ਔਰ ਤੁਹਾਨੂੰ ਪਤਾ ਹੀ ਨਹੀਂ ਚੱਲਿਆ। ਉਹ ਖੁਦ ਕਹਿ ਰਹੀ ਸੀ ਕਿ ਹਾਂ, ਮੈਂ ਇਸ ਗੱਲ ਨਾਲ ਕਲੀਅਰ ਨਹੀਂ ਹਾਂ, ਮੈਂ ਨਹੀਂ ਕਹਿੰਦੀ ਕਿ ਮੈਨੂੰ ਦੇਵੋਲੀਨਾ ਨੇ ਥੱਪੜ ਮਾਰਿਆ। ਅਤੇ ਸ਼ਹਿਨਾਜ਼ ਦੇ ਇੱਦਾਂ ਕਹਿਣ ਦੇ ਉੱਤੇ ਆਸੀਮ ਔਰ ਆਰਤੀ ਨੇ ਜੋ ਉਮੀਦਾਂ ਲਾਈਆਂ ਸੀ ਕਿ ਦੇਵੋਲੀਨਾ ਨੂੰ ਸਜ਼ਾ ਮਿਲੇਗੀ, ਉਹ ਤਾਂ ਹੁਣ ਨਹੀਂ ਮਿਲੇਗੀ ਕਿ ਸ਼ਹਿਨਾਜ਼ ਹੀ ਉਸਨੂੰ ਲੈ ਕੇ ਕਲੀਅਰ ਨਹੀਂ ਸੀ। ਤੇ ਫਿਰ ਇਸ ਟਾਸਕ ਨੂੰ ਫਿਰ ਕੀਤਾ ਗਿਆ ਕੰਟੀਨਿਊ, ਲੇਕਿਨ ਸਭ ਨੇ ਮਿਲ ਕੇ ਇੱਕ ਵਾਰ ਫਿਰ ਤੋਂ ਟਾਸਕ ਨੂੰ ਰੱਦ ਕਰਵਾਉਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ। ਇੱਕ ਵਾਰ ਫਿਰ ਇਹ ਟਾਸਕ ਜਿਹੜਾ ਉਹ ਰੱਦ ਕੀਤਾ ਗਿਆ ਔਰ ਬਿਗ ਬੌਸ ਨੇ ਸੁਣਾਈ ਸਾਰੇ ਘਰ ਵਾਲਿਆਂ ਨੂੰ ਸਜ਼ਾ ਕਿ ਸਾਰੇ ਹੀ ਹੁਣ ਇਸ ਲਈ ਨੋਮੀਨੇਟ ਹੋਣਗੇ। ਬਿਗ ਬੌਸ ਨੇ ਸਾਰੇ ਕੰਟੈਸਟੈਂਟਸ ਦੀ ਕੜੇ ਸ਼ਬਦਾਂ ਦੇ ਵਿੱਚ ਕੀਤੀ ਨਿੰਦਾ, ਕਿਹਾ ਕਿ ਇਹ ਜੋ ਘਰ ਦੇ ਵਿੱਚ ਗੰਦ ਪਿਆ ਉਹ ਗੰਦ ਤੁਹਾਡੇ ਅੰਦਰਲਾ ਗੰਦ ਹੈ। ਔਰ ਬਿਗ ਬੌਸ ਨੇ ਇਹ ਵੀ ਕਿਹਾ ਕਿ ਘਰ ਵਾਲੇ ਜੋ ਇੱਕ ਦੂਸਰੇ ਦੇ ਚਰਿੱਤਰ ਦੇ ਉੱਤੇ ਨਿਸ਼ਾਨਾ ਲਗਾ ਰਹੇ ਨੇ, ਇੱਕ ਦੂਸਰੇ ਦੇ ਕਰੈਕਟਰ ਨੂੰ ਗਲਤ ਕਹਿ ਰਹੇ ਨੇ, ਉਹ ਕਹਿਣਾ ਬਿਲਕੁਲ ਗਲਤ ਹੈ। ਦੱਸ ਦਈਏ ਤੁਹਾਨੂੰ ਕਿ ਕੱਲ੍ਹ ਸ਼ੇਫਾਲੀ ਔਰ ਸਿਧਾਰਥ ਦੇ ਨੇ ਸ਼ਹਿਨਾਜ਼ ਨੂੰ ਸੁਣਾਈਆਂ ਬਹੁਤ ਹੀ ਗਲਤ ਗੱਲਾਂ, ਉਠਾਏ ਸ਼ਹਿਨਾਜ਼ ਦੇ ਚਰਿੱਤਰ ਦੇ ਉੱਤੇ ਇੱਕ ਵਾਰ ਫਿਰ ਸਵਾਲ। ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਹਿਨਾਜ਼ ਨੂੰ ਆਇਆ ਬਹੁਤ ਗੁੱਸਾ। ਸ਼ਹਿਨਾਜ਼ ਤਾਂ ਆਪਣੇ ਆਪੇ ਤੋਂ ਬਾਹਰ ਹੀ ਹੋ ਗਈ ਸੀ, ਲੇਕਿਨ ਉਸਨੇ ਆਪਣੇ ਗੁੱਸੇ 'ਤੇ ਤਾਂ ਕੰਟਰੋਲ ਕਰ ਲਿਆ, ਲੇਕਿਨ ਉਹ ਆਪਣੇ ਇਮੋਸ਼ਨਸ 'ਤੇ ਕੰਟਰੋਲ ਨਹੀਂ ਕਰ ਪਾਈ, ਜਿਸ ਨਾਲ ਸ਼ਹਿਨਾਜ਼ ਰੋ ਰੋ ਕੇ ਬਸ ਇੱਕੋ ਗੱਲ ਕਹਿ ਰਹੀ ਸੀ ਕਿ ਮੈਨੂੰ ਇੱਥੋਂ ਜਾਣਾ, ਮੈਂ ਨਹੀਂ ਇੱਥੇ ਰਹਿਣਾ, ਕਿਉਂਕਿ ਮੈਂ ਆਪਣੇ ਕਰੈਕਟਰ ਦੇ ਉੱਤੇ ਕੁਛ ਵੀ ਗਲਤ ਨਹੀਂ ਸੁਣ ਸਕਦੀ। ਤੇ ਹੁਣ ਦੇਖਣਾ ਇਹ ਹੈ ਕਿ ਸ਼ਹਿਨਾਜ਼ ਦੇ ਕਰੈਕਟਰ ਦੇ ਉੱਤੇ ਜੋ ਦੂਸਰੀ ਟੀਮ ਨੇ ਸਵਾਲ ਉਠਾਏ ਨੇ, ਜੋ ਆਰੋਪ ਲਗਾਏ ਨੇ, ਸ਼ਹਿਨਾਜ਼ ਹੁਣ ਉਹਨਾਂ ਦਾ ਕਿੱਦਾਂ ਸਾਹਮਣਾ ਕਰਦੀ ਹੈ। ਕੀ ਹੁਣ ਸ਼ਹਿਨਾਜ਼ ਦਾ ਸ਼ੇਰਨੀ ਵਾਲਾ ਰੂਪ ਆਏਗਾ ਸਾਹਮਣੇ, ਇਹ ਤਾਂ ਹੁਣ ਅਗਲੇ ਐਪੀਸੋਡ 'ਚ ਪਤਾ ਚੱਲ ਹੀ ਜਾਏਗਾ। ਤੇ ਤੁਸੀਂ ਹੋਰ ਲੇਟੈਸਟ ਅਪਡੇਟ ਹੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।